ਰਾਹ ਜਾ ਰਹੀ ਮਾਂ ਬੇਟੀ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਬੇਟੀ ਜੋ ਹੈ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਤਾਂ ਦੱਸ ਦਈਏ ਕਿ ਪਿੰਡ ਦੇ ਹੀ ਇੱਕ ਵਿਅਕਤੀ ਦੇ ਉੱਤੇ ਇਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਈ ਵਾਰ ਉਹਨਾਂ ਦੇ ਉੱਤੇ ਹਮਲਾ ਕਰ ਚੁੱਕਾ ਉਹ ਵਿਅਕਤੀ, ਅਤੇ ਬੀਤੇ ਦਿਨਾਂ ਜਦੋਂ ਉਹ ਰਾਹ ਦੇ ਵਿੱਚ ਕਿਤੇ ਜਾ ਰਹੇ ਸੀ ਤਾਂ ਅਚਾਨਕ ਹੀ ਪਿੱਛੋਂ ਪਹਿਲਾਂ ਉਸਨੇ ਪਿੱਛਾ ਕੀਤਾ ਅਤੇ ਫਿਰ ਕੋਲ ਆ ਕੇ ਇੱਕ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਵਿੱਚ ਬੇਟੀ ਜੋ ਹੈ ਉਹ ਸੜਕ 'ਤੇ ਡਿੱਗ ਜਾਂਦੀ ਹੈ ਅਤੇ ਉਸਦੇ ਗੰਭੀਰ ਸੱਟ ਲੱਗਦੀ ਹੈ ਅਤੇ ਉਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਮਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਜੋ ਹੈ ਲਗਾਤਾਰ ਉਹਨਾਂ ਦੇ ਪਿੱਛੇ ਪਿਆ ਹੋਇਆ, ਕਈ ਵਾਰ ਉਹਨਾਂ ਨੂੰ ਧਮਕੀਆਂ ਵੀ ਦੇ ਚੁੱਕਾ, ਪਰ ਪੁਲਿਸ ਨੂੰ ਵੀ ਕਿੰਨੀ ਵਾਰ ਸ਼ਿਕਾਇਤ ਦਿੱਤੀ ਗਈ ਹੈ, ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਪਰਿਵਾਰ ਦੇ ਵਿੱਚ ਹੁਣ ਸਹਿਮ ਦਾ ਮਾਹੌਲ ਹੈ। ਤਾਂ ਰਾਜਪੁਰਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਰਾਹ ਜਾ ਰਹੀ ਇੱਕ ਮਾਂ ਬੇਟੀ ਦੇ ਉੱਤੇ ਹਮਲਾ ਕੀਤਾ ਗਿਆ, ਜਾਨੋਂ ਮਾਰਨ ਦੀ ਨੀਅਤ ਦੇ ਨਾਲ ਇਹ ਹਮਲਾ ਕੀਤਾ ਗਿਆ ਸੀ, ਪਰ ਕਿਸੇ ਵੀ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਮਾਂ ਬੇਟੀ ਉੱਥੋਂ ਬਚ ਨਿਕਲਦੇ ਨੇ, ਜਿਸ ਦੇ ਵਿੱਚ ਬੇਟੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੀ ਹੈ ਅਤੇ ਹੁਣ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਮਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਇਸ ਵਿਅਕਤੀ ਦੇ ਨਾਲ ਉਹਨਾਂ ਦੀ ਕੋਈ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ, ਜਿਸ ਦੇ ਕਾਰਨ ਇਸਨੇ ਕਈ ਵਾਰ ਇਸਦੀ ਬੇਟੀ 'ਤੇ ਵੀ ਹਮਲਾ ਕੀਤਾ ਹੈ, ਪਰ ਹੁਣ ਇੱਕ ਵਾਰ ਫਿਰ ਤੋਂ ਉਸਨੇ ਹਮਲਾ ਕੀਤਾ, ਜਿਸ ਦੇ ਕਾਰਨ ਪੁਲਿਸ ਨੂੰ ਵੀ ਹੁਣ ਸ਼ਿਕਾਇਤ ਦਿੱਤੀ ਗਈ ਹੈ। ਦੂਜੇ ਪਾਸੇ ਉਸ ਮਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਪਿੰਡ ਦੇ ਬਦਮਾਸ਼ਾਂ ਨੇ ਪਿੱਛੇ ਤੋਂ ਮੋਟਰਸਾਈਕਲ ਮਾਰਿਆ ਹੈ। ਹਾਂਜੀ, ਉਹਨਾਂ ਦੇ ਨਾਂ ਕੁਲਵੀਰ, ਮਨਵੀਰ, ਸਵਰਨ ਔਰ ਵਿਕਰਮ, ਇਹਨਾਂ ਨੇ ਮਾਰੇ ਮੋਟਰਸਾਈਕਲ। ਕਿੰਨੀ ਉਮਰ ਹੈ ਤੁਹਾਡੀ? 10 ਸਾਲ। ਅਸੀਂ ਮਾਰ ਕੇ ਭੱਜ ਗਏ। ਹਾਂਜੀ, ਮੈਂ ਇੱਕਦਮ ਨੀਚੇ ਗਿਰੀ, ਮੇਰਾ ਪਤਾ ਨਹੀਂ ਕਿਸੇ ਪੱਥਰ ਗੱਲ ਵੱਜੇ ਇੱਥੇ ਕਾਲਜ ਚ। ਖੂਨ ਦੀ ਉਲਟੀ ਆਈ। ਕੱਲ ਹੋਏ ਆ ਹਲੇ। ਪੁਲਿਸ ਕੋਈ ਕਾਰਵਾਈ ਕਰ ਰਹੀ ਕਿ ਨਹੀਂ? ਨਾ ਜੀ, ਕੋਈ ਕਾਰਵਾਈ ਨਹੀਂ ਕਰ ਰਹੀ। ਹਾਂਜੀ ਸਰ, ਇਹਦੇ ਨਾਲ ਕਈ ਵਾਰ ਇਦਾਂ ਦਾ ਹੋਇਆ ਹੈ, ਕੋਈ ਪਹਿਲੀ ਵਾਰ ਹੀ ਹੋਇਆ ਹੈਗਾ, 5-4 ਵਾਰ ਪਹਿਲਾਂ ਹੀ 5-6 ਵਾਰ ਇਦਾਂ ਦਾ ਕੰਮ ਹੋਇਆ ਹੈ ਸਾਡੇ ਨਾਲ। ਇਸ ਬੱਚੀ ਨੂੰ ਮਾਰਨਾ ਚਾਹੁੰਦੇ ਆ ਇਹ ਸਾਨੂੰ ਮਾਰਨ ਦੀ। ਹਮੇਸ਼ਾ ਮਾਵਾਂ ਧੀਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹੈ। ਕੱਲ ਅਸੀਂ ਆਪਣੇ ਘਰੋਂ ਜਾ ਰਹੇ ਸੀ, ਜਦੋਂ ਆਪਣੀ ਭੈਣ ਕੋਲ ਇੱਥੇ ਜੰਗਵਰਾ ਬਲੋਕ ਦੇ ਨੇੜੇ ਪਿੰਡ ਹੈ ਜੀ, ਇਹਨਾਂ ਬਦਮਾਸ਼ਾਂ ਨੇ ਸਾਡਾ ਪਿੱਛਾ ਕੀਤਾ ਹੈ। ਪਹਿਲਾਂ ਕੁਲਵੀਰ ਆਇਆ ਹੈ ਤੇ ਇਹਨਾਂ ਦੇ ਨਾਲ 2 ਅਣਪਛਾਤੇ ਬੰਦੇ ਸੀ, ਜਿਨ੍ਹਾਂ ਨੇ ਸਾਡੇ ਤੋਂ ਮੋਟਰਸਾਈਕਲ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੋਟਰਸਾਈਕਲ ਮੇਰੇ ਪੈਰ ਤੇ ਲੰਘ ਕੇ ਅੱਗੇ ਹੋ ਗਿਆ ਤੇ ਪਿੱਛੇ ਤੇ ਮਨਵੀਰ ਆਇਆ ਹੈ। ਮਨਵੀਰ ਨੇ ਬਹੁਤ ਤੇਜ਼ ਮੋਟਰਸਾਈਕਲ ਆ ਕੇ ਸਾਡੇ ਵਿੱਚ ਮਾਰਿਆ। ਸਾਡੇ ਵਿੱਚ ਮਾਰਨ ਕਾਰਨ ਮੇਰੀ ਬੱਚੀ ਇੱਕਦਮ ਵੱਜੀ ਲੱਤਾਂ ਤੇ ਚੜ ਗਿਆ ਮੋਟਰਸਾਈਕਲ, ਮੇਰੀ ਬੱਚੀ ਗਿਰ ਗਈ ਕਿਸੇ ਭਾਰੀ ਚੀਜ਼ ਤੇ, ਇਹਦੇ ਮਤਲਬ ਕਿ ਮੈਨੂੰ ਵੀ ਨੀ ਸੋਝੀ ਜੀ, ਇੱਕਦਮ ਪਿੱਛੇ ਤੇ ਆਇਆ ਹੈ ਤੇ ਇਹਨਾਂ ਨੇ ਇਸ ਹਥਿਆਰ ਨਾਲ ਸਾਡੇ ਤੇ ਹਮਲਾ ਕੀਤਾ ਹੈ। ਇੱਕ ਹੱਥ ਵਿੱਚ ਇਹਨੇ 5 ਸੀ ਪਾਇਆ ਹੋਇਆ ਤੇ ਉਦੋਂ ਮਤਲਬ ਕਿ ਪਾਇਆ ਹੋਇਆ ਸੀ, ਮੈਂ ਅੱਖ ਤੇ ਖੋਲਿਆ ਉਹਨਾਂ ਦੇ ਤੇ ਮੇਰੀ ਬੱਚੀ ਨੂੰ ਇੱਕਦਮ ਉਲਟੀ ਲੱਗੀ ਹੈ ਤੇ ਮਤਲਬ ਕਿ ਜੇ ਉਹਨੇ ਦੇਖਿਆ ਨਾ ਕਿ ਅੱਗੋਂ ਬੰਦੇ ਆ ਰਹੇ ਆ ਪਿੰਡ ਬਾਹਰੋਂ ਪਿੰਡ ਚ, ਤਾਂ ਉਹਨਾਂ ਭੱਜ ਗਏ ਉਹਨਾਂ ਨੂੰ ਦੂਜੇ ਬੰਦਿਆਂ ਨੂੰ ਦੇਖ ਕੇ। ਇਹ 500 ਦੇ ਆ ਜੀ, ਅਸੀਂ 14 ਤਰੀਕ ਦੇ 7:30 ਦੇ। ਹਾਂਜੀ, ਪੁਲਿਸ ਹੁਣੇ ਬਿਆਨ ਲੈ ਕੇ ਗਈ ਹੈ। ਪਤਾ ਨੀ ਸਰ, ਪੁਲਿਸ ਨੇ ਕੋਈ ਭਰੋਸਾ ਨਹੀਂ ਦਿੱਤਾ ਹੈਗਾ, ਬਿਆਨ ਤਾਂ ਅੱਗੇ ਵੀ ਲੈ ਜਾਂਦੇ ਆ ਪਰ ਕੋਈ ਕਾਰਵਾਈ ਸਾਡੀ ਕੋਈ ਸੁਣਵਾਈ ਹੁੰਦੀ ਨਹੀਂ। ਇਹ ਮਨਵੀਰ ਸਿੰਘ ਦੇ 25-30 ਪਰਚੇ ਹੈ ਜੀ, ਇਹਨਾਂ ਦੀ ਕੋਈ ਕਾਰਵਾਈ ਕੋਈ ਕਰਦਾ ਨਹੀਂ ਹੈਗਾ, ਕਹਿੰਦੇ ਬਦਮਾਸ਼ ਹੈ, ਇਹ ਵੋਟਾਂ ਵਿੱਚ ਕੰਮ ਆਉਂਦਾ ਹੈ। ਇਹਨਾਂ ਨੇ ਪਹਿਲਾਂ ਵੀ ਆਪਣੀ ਚਾਚੀ ਘੋਟ ਕੇ ਮਾਰੀ ਹੈ, ਬਹੁਤ ਇਹਨਾਂ ਦੇ ਇਹੋ ਜਿਹੇ ਪਰਚੇ ਹੋਏ ਹੋਏ ਹੈ ਜੀ, ਪਰ ਇਹਨਾਂ ਦੇ ਇੱਕ 5 ਸਾਲ ਦੀ 6 ਸਾਲ ਦੀ ਬੱਚੀ ਦਾ ਇਹ ਮਨਵੀਰ ਨੇ ਗੁਰੂ ਘਰ ਵਿੱਚ ਬਲਾਤਕਾਰ ਕੀਤਾ ਸੀ। ਉਦੋਂ ਵੀ ਉਹ
ਉਹਨਾਂ ਦਾ ਪਰਚਾ ਵਾਪਸ ਦਵਾਤਾ ਸੀ। ਗਰੀਬ ਬੰਦੇ ਸੀ, 5-6 ਸਾਲ ਦੀ ਛੋਟੀ ਜਿਹੀ ਬੱਚੀ ਦੀ, ਗੁਰੂ ਘਰ ਵਿੱਚ ਸਾਡੇ ਨੇੜੇ ਗੁਰਦੁਆਰਾ ਹੈ, ਉਹਦੇ ਵਿੱਚ ਉਹਦਾ ਬਲਾਤਕਾਰ ਕੀਤਾ ਹੈ। ਉਹ ਤੇ ਕਦੀ ਕੋਈ ਕਾਰਵਾਈ ਹੁੰਦੀ ਨਹੀਂ ਹੈਗੀ। 25-30 ਪਰਚੇ ਮੁੰਡੇ ਦੇ ਹੈ, ਅਸੀਂ ਇਨਸਾਫ਼ ਚਾਹੁੰਦੇ ਹਾਂ ਸਰ।